ਦਰਸ਼ਕੋ ਬਾਉਲਾ ਵਸਤੇ ਟਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਆਪਣੇ ਚੈਨਲ ਤੇ ਗੱਲ ਕੀਤੀ ਜਾਵੇਗੀ ਜੱਗੇ ਜੱਟ ਦੀ ਜ਼ਿੰਦਗੀ ਬਾਰੇ ਜਿਸ ਨੂੰ ਜੱਗਾ ਜੱਟ ਤੇ ਜੱਗਾ ڈاکੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ 20ਵੀਂ ਸਦੀ ਦਾ ਉਹ ਪੰਜਾਬ ਦਾ ਬਹਾਦਰ ਬਾਗੀ ਸੀ ਜਿਸ ਨੂੰ ਪੰਜਾਬ ਦੇ ਰੋਬਨ ਹੁੱਡ ਵਜੋਂ ਵੀ ਜਾਣਿਆ ਗਿਆ ਜੱਗਾ ਜੱਟ ਅਮੀਰਾਂ ਨੂੰ ਲੁੱਟਦਾ ਸੀ ਤੇ ਗਰੀਬਾਂ ਵਿੱਚ ਵੰਡਦਾ ਸੀ ਗੱਲ ਕਰੀਏ ਜੱਗੇ ਜੱਟ ਦੀ ਜਨਮ ਬਾਰੇ ਜੱਗੇ ਜੱਟ ਦਾ ਜਨਮ 1901 ਵਿੱਚ ਪਿਤਾ ਮੱਖਣ ਸਿੰਘ ਤੇ ਮਾਤਾ ਭਾਗਾ ਦੀ ਕੁਖੋਂ ਲਾਹੌਰ ਜ਼ਿਲ੍ਹੇ ਦੇ ਪਿੰਡ ਬੁਰਜ ਰਾਣ ਸਿੰਘ ਵਿੱਚ ਹੋਇਆ ਜਿਹੜਾ ਹੁਣ ਕਸੂਰ ਜ਼ਿਲ੍ਹੇ ਵਿੱਚ ਪੈਂਦਾ ਜੱਗਾ ਜੱਟ 250 ਕਿੱਲੇ ਦਾ ਇਕਲੌਤਾ ਮਾਲਕ ਸੀ ਜੱਗੇ ਤੋਂ ਪਹਿਲਾਂ ਮੱਖਣ ਸਿੰਘ ਤੇ ਮਾਤਾ ਭਾਗਾ ਦੇ ਘਰ 6 ਬੱਚੇ ਹੋਏ ਪਰ ਕੋਈ ਨਾ ਬਚ ਸਕਿਆ ਮੱਖਣ ਸਿੰਘ ਕਾਫੀ ਸਦਮੇ ਵਿੱਚ ਚਲਾ ਗਿਆ ਉਹ ਨੇੜਲੇ ਪਿੰਡ ਛੋਟੀ ਵਾਲਾ ਵਿੱਚ ਸੰਤ ਇੰਦਰ ਸਿੰਘ ਨੂੰ ਮਿਲਿਆ ਉਹਨਾਂ ਕਿਹਾ ਕਿ ਉਹ ਇੱਕ ਬੱਕਰਾ ਖਰੀਦਣ ਤੇ ਕਿਹਾ ਕਿ ਜਦੋਂ ਵੀ ਬੱਚਾ ਹੋਵੇ ਤੇ ਬੱਚਾ ਉਹ ਬੱਕਰੇ ਨੂੰ ਹੱਥ ਜ਼ਰੂਰ ਲਾਵੇ ਤੇ ਇੱਕ ਗੱਲ ਹੋਰ ਕਹੀ ਬੱਚੇ ਦਾ ਨਾਮ ਜਿੱਜੇ ਅੱਖਰ ਤੋਂ ਨਹੀਂ ਰੱਖਣਾ ਮੱਖਣ ਸਿੰਘ ਨੇ ਉਹ ਵਾਂਗ ਹੀ ਕੀਤਾ ਬੱਚਾ ਬਚ ਗਿਆ ਪਰ ਉਸ ਬੱਕਰੇ ਦੀ ਮੌਤ ਹੋ ਗਈ ਉਸਦੇ ਚਾਚੇ ਨੇ ਬੱਚੇ ਦਾ ਨਾਮ ਚਕਤ ਸਿੰਘ ਰੱਖ ਦਿੱਤਾ ਜੋ ਸੰਤਾਂ ਦੇ ਨਿਰਦੇਸ਼ਾਂ ਦੇ ਉਲਟ ਸੀ ਪਿਤਾ ਮੱਖਣ ਸਿੰਘ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਫਿਰ ਉਹ ਜੱਗੇ ਦਾ ਵਿਆਹ ਨੇੜਲੇ ਪਿੰਡ ਤਲਵੰਡੀ ਦੀ ਇੰਦਰਕੌਰ ਦੇ ਨਾਲ ਹੋਇਆ ਤੇ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਗੁਲਾਬਕੌਰ ਉਰਪਗਬੋ ਰੱਖਿਆ ਗਿਆ ਹੁਣ ਗੱਲ ਕਰਦੇ ਹਾਂ ਜੀ ਜੱਗਾ ਡਾਕੂ ਕਿਵੇਂ ਬਣਿਆ ਜੱਗਾ ਆਪਣੇ ਖੁੱਲੇ ਸੁਭਾਅ ਤੇ ਦਲੇਰੀ ਕਰਨ ਆਸ-ਪਾਸ ਦੇ ਪਿੰਡਾਂ ਵਿੱਚ ਬਹੁਤ ਮਸ਼ਹੂਰ ਹੋ ਗਿਆ ਸੀ ਜਿਸ ਤੋਂ ਨੇੜਲੇ ਪਿੰਡ ਗੋਕਲ ਦਾ ਜ਼ੈਲਦਾਰ ਉਸ ਤੋਂ ਕਾਰਖੰਦਾ ਸੀ ਫਿਰ ਉਸਨੇ ਆਪਣੇ ਠਾਣੇਦਾਰ ਦੋਸਤ ਨਾਲ ਮਿਲ ਕੇ ਜੱਗੇ ਨੂੰ 4 ਸਾਲ ਦੀ ਕੈਦ ਕਰਵਾ ਦਿੱਤੀ ਜੱਗਾ ਰਹਾ ਹੋ ਗਿਆ ਤਾਂ ਪਿੰਡ ਫੇਰੂ ਵਿੱਚ ਚੋਰੀ ਦੀ ਵਾਰਦਾਤ ਹੋਈ ਸੀ ਜੈਲਦਾਰ ਤੇ ਉਸਦੇ ਦੋਸਤ ਥਾਣੇਦਾਰ ਅਜਗਰ ਅਲੀ ਨੇ ਹਾਲ ਮਿਲ ਕੇ ਇੱਕ ਵਾਰ ਫੇਰ ਉਹਨਾਂ ਨੇ ਜੱਗੇ ਨੂੰ ਤੰਗ ਕਰਨ ਦਾ ਮੌਕਾ ਮਿਲ ਗਿਆ ਤੇ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਪਰ ਜੱਗਾ ਨਾ ਗਿਆ ਤੇ ਪਘੋੜਾ ਹੋ ਗਿਆ ਪੁਲਿਸ ਦੇ ਰਵੱਈਏ ਤੋਂ ਤਾਂ ਗਿਆ ਕਿ ਜੱਗੇ ਨੇ ਪਿੰਡ ਕੰਗਨਪੁਰ ਵਿੱਚ ਪੁਲਿਸ ਮੁਲਾਜ਼ਮ ਤੋਂ ਉਹਦੀ ਬੰਦੂਕ ਹੋ ਕੇ ਉਸਦਾ ਕਤਲ ਕਰ ਦਿੱਤਾ ਤੇ ਉਸ ਦਿਨ ਤੋਂ ਉਹ ਡਾਕੂ ਬਣ ਗਿਆ ਤੇ ਲੁੱਟ ਖੋਹ ਦੀਆਂ ਵਾਰਦਾਤਾ ਕਰਨ ਲੱਗਾ ਸਭ ਤੋਂ ਪਹਿਲਾਂ ਡਾਕਾ ਉਸਨੇ ਆਪਣੇ ਦੋਸਤਾਂ ਝੰਡਾ ਸਿੰਘ ਨਿਰਮਲ ਕੇ ਤੇ ਠਾਕੁਰ ਮੜਿਆਲੀ ਨਾਲ ਪਿੰਡ ਕਮਿਹਾਰੀ ਵਿੱਚ ਇੱਕ ਸੁਨਿਆਰੇ ਦੇ ਘਰ ਮਾਰਿਆ ਸੋਨਾ ਵੀ ਲੁੱਟਿਆ ਤੇ ਨਾਲੇ ਜਿਹੜੀ ਗਰੀਬਾਂ ਦੀ ਕਰਜ਼ੇ ਵਾਲੀ ਵਾਈਆਂ ਸੀ ਉਹਨਾਂ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਬਾਅਦ ਵਿੱਚ ਉਹਨੇ ਆਪਣੇ ਦੋਸਤਾਂ ਜਿਵੇਂ ਬੰਤਾ ਸਿੰਘ ਸੋਹਣ ਤੇਲੀ ਲਾਲੂ ਨਾਈ ਭੋਲੂ ਤੇ ਬਾਵੇ ਨੂੰ ਵੀ ਆਪਣੇ ਗਰੁੱਪ ਵਿੱਚ ਸ਼ਾਮਲ ਕਰ ਲਿਆ ਜਿਹੜਾ ਲਾਲੂ ਨਾਈ ਹੀ ਉਹ ਇੰਨਾਂ ਸਾਰਿਆਂ ਲਈ ਭੋਜਨ ਬਣਾਉਣ ਦਾ ਕੰਮ ਕਰਦਾ ਹੁੰਦਾ ਸੀ ਜੱਗੇ ਦੇ ਨੇੜਲੇ ਪਿੰਡ ਦੀ ਸਿੱਧੂਪੁਰ ਦਾ ਇੱਕ ਹੋਰ ਡਾਕੂ ਹੀ ਮਲੰਗੀ ਉਹਦਾ ਸਾਥੀ ਹਰਨਾਮ ਸਿੰਘ ਹੀ ਮਲੰਗੀ ਮੁਸਲਮਾਨ ਪਰਿਵਾਰ ਦਾ ਮੁੰਡਾ ਹੈ ਤੇ ਹਰਨਾਮ ਸਿੰਘ ਇੱਕ ਗਰੀਬ ਕਿਸਾਨ ਪਰਿਵਾਰ ਦਾ ਮੁੰਡਾ ਹੈ ਇੱਕ ਵਾਰ ਕਿਸੇ ਨੇ ਪੁਲਿਸ ਨੂੰ ਇੰਨਾ ਬਾਰੇ ਇਤਲਾਹ ਦਿੱਤੀ ਤੇ ਮਲੰਗੀ ਤੇ ਹਰਨਾਮਾ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਇੱਕ ਵਾਰ ਜੱਗੇ ਨੇ ਸਾਥੀਆਂ ਨਾਲ ਮਿਲ ਕੇ ਮਲੰਕੀ ਦੀ ਮਾਂ ਦੀ ਖਬਰ ਸਾਰ ਲੈਣ ਦਾ ਪ੍ਰੋਗਰਾਮ ਬਣਾਇਆ ਮਲੰਕੀ ਨੂੰ ਮਰਵਾਉਣ ਵਾਲੇ ਵੀ ਜੱਗੇ ਨੂੰ ਰੜਕ ਰਹੇ ਸੀ ਜੱਗਾ ਜਦੋਂ ਮਲੰਕੀ ਦੇ ਡੇਰੇ ਤੇ ਪਹੁੰਚਿਆ ਤੇ ਉਹਦਾ ਜਿਹੜਾ ਡੇਰਾ ਸੀ ਉਹ ਉਜੜ ਚੁੱਕਿਆ ਸੀ ਪੂਰਾ ਪੂਰੀ ਤਰ੍ਹਾਂ ਤੇ ਉਹਦੀ ਜਿਹੜੀ ਅੰਨੀ ਮਾਂ ਸੀ ਉਹ ਰੜਕ ਰਹੀ ਸੀ ਜੱਗੇ ਨੇ ਰਾਤ ਡੇਰੇ ਤੇ ਕੱਟਣ ਦਾ ਹੀ ਮਨ ਬਣਾ ਲਿਆ ਤੇ ਲਾਲੂ ਨਾਈ ਨੂੰ ਕਿਹਾ ਕਿ ਖਾਣਾ ਤਿਆਰ ਕਰ ਲਾਲੂ ਨੇ ਜੱਗ ਲਾਲੂ ਲਾਲੂ ਨਾਇ ਨੇ ਜੱਗੇ ਦੇ ਰੱਖੇ ਨਾਮ ਲਈ ਜੱਗੇ ਨੂੰ ਮਾਰਨ ਲਈ ਨੇੜੇ ਪਿੰਡ ਤੋਂ ਆਪਣੇ ਭਾਈਆਂ ਨੂੰ ਮੰਗਾਲਿਆ ਤੇ ਲਾਲੂ ਦੇ ਭਾਈ ਜਦੋਂ ਆ ਗਏ ਤੇ ਲਾਲੂ ਨੇ ਬੰਤੇ ਤੇ ਜੱਗੇ ਨੂੰ ਸ਼ਰਾਬ ਪੀਣ ਲਈਆ ਜੱਗਾ ਤੇ ਬੰਤਾ ਸ਼ਰਾਬ ਪੀਣ ਲੱਗ ਪਏ ਤੇ ਸੋਹਣ ਤੇਲੀ ਨੇ ਮਨਾ ਕਰ ਦਿੱਤਾ ਕਿਉਂਕਿ ਉਹਨੇ ਨੇੜੇ ਹੀ ਕਿਹੇ ਆਪਣੇ ਰਿਸ਼ਤੇਦਾਰ ਕੋ ਜਾਣਾ ਸੀ ਰੋਟੀ ਖਾਣ ਤੋਂ ਬਾਅਦ ਸੋਹਣ ਤੇਲੀ ਤੇ ਆਪਣੇ ਨੇੜੇ ਕਿਹੇ ਰਿਸ਼ਤੇਦਾਰ ਕੋ ਚਲਾ ਗਿਆ ਤੇ ਜੱਗਾ ਤੇ ਬੰਤਾ ਦੋਵੇਂ ਰੋਟੀ ਖਾਣ ਤੋਂ ਬਾਅਦ ਬੋਰ ਥੱਲੇ ਮੰਜਾ ਢਾਹ ਕੇ ਲੰਮੇ ਪੈ ਗਏ ਤੇ ਲਾਲੂ ਨਾਈ ਨੇ ਮੌਕਾ ਵੇਖ ਕੇ ਆਪਣੇ ਭਾਈਆਂ ਦੇ ਨਾਲ ਜੱਗੇ ਤੇ ਬੰਤੇ ਨੂੰ ਕਤਲ ਕਰ ਦਿੱਤਾ ਸੋਹਣ ਤੇਲੀ ਜਦੋਂ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਆਇਆ ਜਦੋਂ ਉਸ ਨੇ ਲਹੂ ਪੀਜੀਆਂ ਲਾਸ਼ਾਂ ਨੂੰ ਵੇਖਿਆ ਤੇ ਉਹ ਲਾਲੂ ਨੂੰ ਪਹਿ ਗਿਆ ਲਾਲੂ ਦੇ ਭਰਾ ਨੇ ਸੋਹਣ ਦੇ ਵੀ ਗੋਲੀ ਮਾਰ ਕੇ ਮਾਰ ਦਿੱਤਾ ਜੱਗਾ ਵਟਿਆ ਬੋਰ ਦੀ ਛਾਵੇਂ ਨੌ ਮਣ ਰੇਤ ਵੇਚ ਗਈ ਪੂਰਨਾ ਨਾਈਆਂ ਨੇ ਵੱਟ ਛੱਟਿਆ ਚੱਗਾ ਸੂਰਮਾ ਇਸ ਤਰ੍ਹਾਂ ਇੱਕ ਆਪਣੇ ਯਾਰ ਨਹੀਂ ਯਾਰ ਨੂੰ ਮਰਵਾ ਦਿੱਤਾ ਪਰ ਜੱਗਾ ਹਮੇਸ਼ਾ ਲਈ ਅਮਰ ਹੋ ਗਿਆ ਤੇ ਉਸ ਦਾ ਨਾਮ ਅੱਜ ਵੀ ਬੜੇ ਪਿਆਰ ਨਾਲ ਲਿਆ ਜਾਂਦਾ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ